ਤਾਂ ਹੁਣ ਸਾਡੇ ਪੰਜਾਬੀ ਚ ਕੋਈ ਸ਼ਹਿ ਲਿਖਦਾ ਕੋਈ ਸ਼ਾ ਲਿਖਦਾਗਾ ਤੇ ਇਹ ਸ਼ਹਿਨ ਵੀ ਇੱਕ ਤਾਂ ਸਸੇ ਪੈਰ ਬਿੰਦੀ ਪਾ ਕੇ ਦਲਾਈਆਂ ਪਾ ਕੇ ਆੜਾ ਲਿਖ ਦਿੰਦੇ ਕੋਈ ਸਸੇ ਪੈਰ ਬਿੰਦੀ ਪਾ ਕੇ ਹਾਂ ਹਿੰਸੇਰੀ ਸ਼ਹਿ ਲਿਖ ਦਿੰਦਾ ਕੋਈ ਜਿਹੜਾ ਉਹ ਇਸ ਤਰ੍ਹਾਂ ਦੇ ਨਾਲ ਸਸਾ ਜਾਂ ਛੱਛਾ ਪਾ ਕੇ ਜਾਂ ਸ਼ਾ ਲਿਖ ਦਿੰਦੇ ਹੈਗੇ ਹੁਣ ਇਹਦੇ ਵਿੱਚ ਫਰਕ ਨਹੀਂ ਪਤਾ ਉਹ ਚਲੋ ਉਹ ਆਪਾਂ ਬੇਸਿਕ ਚੀਜ਼ ਜਿਹੜੀ ਆ ਉਹ ਉਹ ਦੇਖ ਲੈਨੇ ਆ ਅਸਲ ਚ ਕੀ ਹੁੰਦਾ ਕਿ ਜਿਵੇਂ ਤੈ ਜੀ ਉਹਨੂੰ ਵੀ ਕਿਤੇ ਨਾ ਕਿਤੇ ਆਪਾਂ ਦੁਬਦਾ ਚ ਲਿਖਦੇ ਆ ਤੈ ਜੀ ਇਕ ਹੁੰਦਾ ਕਿ ਤੈਅ ਕੀਤਾ ਜੀ ਕਿ ਮੈਂ ਯਾਰ ਅੱਜ ਮਾਨ ਸਾਹਿਬ ਦੇ ਨਾਲ ਜਾ ਕੇ ਪ੍ਰੋਗਰਾਮ ਕਰਵਾਉਣਾ ਮੈਂ ਸਵੇਰ ਤੋਂ ਤੈਅ ਕੀਤਾ ਜੀ ਆਪ ਦੇ ਸ케ਜੂਲ ਨੂੰ ਆਪਦੇ ਸ਼ੈਡਿਊਲ ਵਿੱਚ ਦਾਮੀ ਆ ਨਾ ਜੀ ਇੱਕ ਤੈ ਵੀ ਤੈਅ ਦੇ ਥੱਲੇੋਂ ਗੱਲ ਨੂੰ ਕੱਢਣਾ ਉਹਦੇ ਵਿੱਚ ਸਿਆਰੀ ਦੇ ਨਾਲ ਹਹਾ ਆ ਗਿਆ ਇਹ ਤੈ ਜਿਹੜੀ ਆ ਉਹ ਦਲਾਈਆਂ ਅੜ ਤੇ ਅੜਾ ਆ ਗਿਆ ਆ ਆ ਫਰਕ ਹੁੰਦਾ ਕਈ ਵਾਰ ਉਹ ਫਿਰ ਵਿੱਚ ਉਹਰਾਲ ਗੱਡ ਜਾ ਹੋ ਜਾਂਦਾ ਕੰਮ ਜੀ ਤੇ ਐਸੀ ਤਰ੍ਹਾਂ ਸ਼ਹਿਲ ਆ ਵੀ ਆ ਸ਼ਹਿ ਉਹ ਜਿਹੜਾ ਦਲਾਈਆਂ ਪੈਂਦੀਆਂ ਨੇ ਉਹ ਸ਼ਹਿ ਬਣ ਜਾਂਦਾ ਜਦ ਕਿ ਸ਼ਹਿ ਕਹਿਣਾ ਤਾਂ ਫੁਲਾਣੇ ਨੂੰ ਸ਼ਹਿ ਦੇ ਕੇ ਫੁਲਾਣੇ ਨੇ ਮਰਵਾਤਾ ਜੀ ਉਹ ਆ ਗਿਆ ਸੱਸੇ ਪੈਰ ਬਿੰਦੀ ਵਾਲਾ ਇਹ ਜਿਹੜਾ ਸ਼ਾ ਆ ਹੋਰ ਹੈ ਜੀ ਬੇਸਿਕਲੀ ਦੇਖੋ ਮੈਂ ਕਾਫੀ ਕੁਝ ਜਿਹੜਾ ਹੈ ਨਾ ਉਹ ਇਸ ਲਾਈਨ ਚ ਆ ਕੇ ਸਿੱਖਿਆ ਤੁਹਾਡੇ ਵਾਂਗੂ ਜੀ ਚਲੋ ਥੋੜਾ ਜਿਹਾ ਚਿਰ ਮੈਂ ਤੁਹਾਡੇ ਤੋਂ ਪਹਿਲਾਂ ਮੈਂ ਇਹਨਾਂ ਚੀਜ਼ਾਂ ਤੇ ਬਹੁਤ ਕੰਮ ਕੀਤਾ ਤੇ ਇਹਨਾਂ ਚੀਜ਼ਾਂ ਨੂੰ ਹਾਲਾਂਕਿ ਬੰਦਾ ਪਰਫੈਕਟ ਨਹੀਂ ਹੋ ਸਕਦਾ ਜੀ ਮੇਰੀ ਖੁਦ ਦੀ ਪੰਜਾਬੀ ਮੈਨੂੰ ਨਹੀਂ ਲੱਗਦਾ ਕਿ ਬਈ ਯਾਰ ਉਹ ਪੂਰੀ ਸ਼ੁੱਧਿਆ ਹਾਲਸਿਆ ਬਹੁਤ ਸਾਰੀਆਂ ਕਮੀਆਂ ਹੁੰਦੀਆਂ ਨੇ ਜੀ ਪਰਫੈਕਟ ਨਹੀਂ ਹੋ ਸਕਦਾ ਬੰਦਾ ਕੋਈ ਵੀ ਪਰ ਸੁਧਾਰ ਹੋਣੀ ਜ਼ਰੂਰੀ ਹੁੰਦੀ ਹੈ ਸਿੱਖਦਾ ਜਾਣਾ ਚਾਹੀਦਾ ਬੰਦੇ ਨੂੰ ਇਹ ਛਾ ਜਿਹੜਾ ਸ਼ਾਹ ਬਿਲਾ ਸੁਣਿਆ ਨਾ ਜੀ ਹੁਣ ਤੇ ਵਿਚਾਰੇ ਸ਼ਬਦ ਜਿਹੜੇ ਆ ਨਾ ਉਹ ਰਹਿ ਗਏ ਸ਼ਬਦ ਕੋਸ਼ ਉਹ ਜਿਹੜਾ ਸਭਿਆਚਾਰ ਵਾਲਾ ਸ਼ਬਦ ਕੋਸ਼ ਆ ਸ਼ਾਵਿਲਾ ਜੀ ਹੁਣ ਸ਼ਾ ਸ਼ਾਵਿਲਾ ਫੇਰ ਉੱਥੇ ਆ ਜਾਨੇ ਆਪਾਂ ਕਿ ਉੱਥੇ ਵੀ ਸ਼ਾਵਿਲਾ ਲਿਖਦੇ ਆਂ ਵੀ ਆਪਾਂ ਸੱਸੇ ਪੈਰ ਚ ਬਿੰਦੀ ਲਿਖ ਦਿੱਤਾ ਤਾਂ ਉਹ ਸ਼ਾ ਦੂਜਾ ਬਣ ਗਿਆ ਨਾ ਸ਼ਾਹੂਕਾਰ ਵਾਲਾ ਜੀ ਉਹ ਸ਼ਾ ਬਣ ਗਿਆ ਇਹ ਸ਼ਾ ਕੀ ਆ ਸ਼ਾ ਆਪਾਂ ਇਹ ਸ਼ਬਦ ਜੇ ਲਈਏ ਸ਼ਬਦਾਂ ਦੀ ਵੀ ਇੱਕ ਆਪਣੀ ਨਾ ਕਹ ਲੋ ਕਿ ਰਵਾਨਗੀ ਹੁੰਦੀ ਆ ਉਤਪਤੀ ਤੋਂ ਬਾਅਦ ਉਹ ਰਵਾਨਾ ਹੁੰਦੇ ਆਗਾ ਕਿਸੇ ਰੂਪ ਦੇ ਵਿੱਚ ਮਿਲਣਗੇ ਤੁਹਾਨੂੰ ਕਿਸੇ ਰੂਪ ਚ ਮਿਲਣਗੇ ਹੁਣ ਇਹ ਜਿਹੜਾ ਸ਼ਾਹ ਆ ਇਹ ਸ਼ਾਹ ਬਣ ਜਾਏਗਾ ਛੱਛਾ ਛੱਛਾ ਕਿਹੜਾ ਚਾਚਾ ਛੱਛਾ ਛੱਛਾ ਜੀ ਉਹਦੇ ਕੰਨੇ ਵਾਲਾ ਸ਼ਾਹ ਸ਼ਾਹ ਦਾ ਇਹ ਜਿਹੜਾ ਸ਼ਬਦ ਆਇਆ ਇਹ ਯਾਤਰਾ ਕਰਕੇ ਆਇਆ ਸ਼ਾਜ ਤੋਂ ਜੀ ਸ਼ਾਜ ਸ਼ਾਜ ਕਹਿੰਦੇ ਨੇ ਲੱਸੀ ਨੂੰ ਲੱਸੀ ਨੂੰ ਤਾਂ ਮਤਲਬ ਸ਼ਾਵਿਲਾ ਸ਼ਾਵਿਲਾ ਕੀ ਸੀਗਾ ਚਾ ਵੇਲਾ ਉਹ ਵੇਲਾ ਸੀਗਾ ਵੀ ਜਦੋਂ ਪਾਓ ਫਟੇ ਫਟੇਲਾ ਜਾਂ ਹੁੰਦਾ ਨਾ ਉਦੋਂ ਜਿਹੜੀਆਂ ਜੋਤਾਂ ਜਾਂ ਕਹਿ ਲੋ ਕਿ ਜੋਤਰ ਜਿਹੜੇ ਲੱਗਦੇ ਹੁੰਦੇ ਸੀ ਨਾ ਜੋਤਰੇ ਸਮਝਦੇ ਹੋ ਜੀ ਵੀ ਮਤਲਬ ਕਿ ਪਹਿਲੀ ਵਾਣੀ ਹਾਂਜੀ ਜਾ ਕੇ ਜੋਗਾ ਦੇ ਨਾਲ ਜੀ ਉਹ ਉਹ ਉੱਥੇ ਜਿਹੜੇ ਫਿਰ ਜੋਤਰੇ ਲੱਗਦੇ ਹੁਣ ਬੰਦਾ ਤੁਸੀਂ ਹਿਸਾਬ ਲਾ ਲਓ ਕਿ 3 ਵਜੇ ਦਾ ਗਿਆ 2-3 ਵਜੇ ਦਾ ਆਮ ਹੀ ਉਦੋਂ 2-3 ਵਜੇ ਲੋਕ ਉੱਠ ਪੈਂਦੇ ਸਨ ਖਲਕਤ ਉੱਠ ਪੈਂਦੀ ਸੀ ਜੀ ਜਾ ਕੇ ਹੁਣ ਜੋਤਰਾ ਲੱਗ ਗਿਆ ਤੇ ਤੁਸੀਂ ਹਿਸਾਬ ਲਾ ਲਓ ਯਾਰ ਬਾਣ ਦੇ ਵਿੱਚ ਤੁਰੇ ਆਉਣਾ ਤੁਰੇ ਆਉਣਾ ਬਲਦਾਂ ਦੇ ਨਾਲ ਬਲਦ ਹੋ ਜਾਂਦਾ ਬੰਦਾ ਜੀ ਤੇ ਸਵੇਰ ਨੂੰ 4 ਘੰਟੇ ਨੂੰ 3 ਘੰਟੇ ਨੂੰ 5 ਘੰਟੇ ਨੂੰ ਭੁੱਖ ਲੱਗੇਗੀ ਕਿ ਨਹੀਂ ਜੀ ਉਸ ਵੇਲੇ ਫਿਰ ਕੀ ਸੀ ਗਿਆ ਕਿ ਜਿਹੜੀਆਂ ਸਾਡੀਆਂ ਸੁਹਾਨੀਆਂ ਹੁੰਦੀਆਂ ਸੀਗੀਆਂ ਜੀ ਘਰਾਂ ਦੇ ਵਿੱਚ ਗ੍ਰਹਿਣੀਆਂ ਜਿਹੜੀਆਂ ਸੀਗੀਆਂ ਬੀਬੀਆਂ ਜਿਹੜੀਆਂ ਇਹ ਮਿੱਸੀ ਰੋਟੀ ਪਕਾ ਲਈ ਨਾਲ ਕੋਈ ਡੇਲੇ ਦਾ ਹੁਣ ਡੇਲਾ ਇਹ ਨਾ ਸਮਝੋ ਗਿਆ ਖੜਾ ਡੇਲਾ ਡੇਲੇ ਦਾ ਚਾਰ ਰੱਖ ਲਿਆ ਗੰਢਾ ਰੱਖ ਲਿਆ ਇਹ ਚੀਜ਼ਾਂ ਮਤਲਬ ਕਿ ਉਹ ਫਿਰ ਨਾਲ ਲੱਸੀ ਦਾ ਉਹ ਲੈ ਲਿਆ ਜੀ ਚਾਟੀ ਲੱਸੀ ਦੀ ਪਰ ਲਈ ਜੀ ਤਾਂ ਉਹ ਫਿਰ ਮਤਲਬ ਕਿ ਉਹ ਲੱਸੀ ਦੇ ਨਾਲ ਜਿਹੜਾ ਸਵੇਰ ਵਾਲਾ ਨਾਸ਼ਤਾ ਉਹਨੂੰ ਕਹਿੰਦੇ ਸੀ ਸ਼ਾਹ ਵਿਲਾ ਜੀ ਹੈ ਉਹ ਆਪਾਂ ਵੀ ਉਹੀ ਲੈਨੇ ਅੱਜ ਜੀ ਹੁਣ ਬ੍ਰੈਡ ਤੇ ਜਾ ਐਮਲਾ ਲਓ ਜੀ ਜੈਮ ਇਹ ਕਹਿੰਦੇ ਕਿ ਜਾਮ ਕਹਿੰਦੇ ਉਹਨੂੰ ਜੀ ਚੱਲ ਜੈਮ ਚੱਲਣ ਦਿਓ ਜੀ ਜੈਮ ਅੱਛਾ ਉਹ ਜਾਮ ਹੋ ਜਾਂਦਾ ਨਾ ਫਿਰ ਬ੍ਰੈਡ ਜਾਮ ਹੋ ਜਾਂਦਾ ਬਿਲਕੁਲ ਜੀ ਜੀ ਫਿਰ ਉਹ ਨਾਲ ਜੀ ਟੋਸਟ ਲੈ ਲੋ ਫਲਾਪ ਲੈ ਲੋ ਹੈਸ਼ ਆਵੇ ਲਈਆ ਪਰ ਹੁਣ ਉਹ ਚੀਜ਼ਾਂ ਬਦਲ ਗਈਆਂ ਤੇ ਮਾਈਆਂ ਵੀ ਨਿਕਲਦੀਆਂ ਫਿਰ ਜੋ ਘਰ ਦੀ ਖਲਜਗਨ ਹੁੰਦੀ ਆ ਖਲਜਗਨ ਵੀ ਇੱਕ ਸ਼ਬਦ ਆ ਸਾਡਾ ਜੀ ਖਲਜਗਨ ਕੀ ਆ ਖਲਜਗਨ ਆਪਾਂ ਕਹਿੰਦੇ ਵਿਪਤਾ ਚ ਜੇ ਚੰ ਜਟ ਜੀ ਖਲ ਜਗਨ ਹੋਇਆ ਵੀ ਆ ਫालतू ਝੰਜਟ ਉਹ ਘਰਾਂ ਦੀ ਜਿਹੜੀ ਕਬੀਲਦਾਰੀ ਦੀ ਆ ਤਾਂ ਉਹ ਵੀ ਸਵੇਰੇ ਫਿਰ ਮਤਲਬ ਕਿ ਖੇਤਾਂ ਨੂੰ ਨਿਕਲਦੀਆਂ ਤੇ ਬਹੁਤ ਮਤਲਬ ਕਿ ਆਪਣੇ ਆਪ ਨੂੰ ਫਿਰ ਉਹ ਵੀ એનਰਜੈਟਿਕ ਮਹਿਸੂਸ ਕਰਦੀਆਂ ਉਹ ਸ਼ਾਗਿਲਾ ਹੁੰਦਾ ਤੇ ਉਹ ਕਹਾਣੀ ਕੀ ਆ ਹੁਣ ਮੁੱਛਾਂ ਵਾਲੀ ਵੀ ਆਪਾਂ ਦੇਖ ਲਈਏ ਜੀ ਉਹ ਕੋਈ ਬੰਦਾ ਸੀਗਾ ਜੀ ਇਹ ਇਹ ਹੁਣ ਬਗਾਨੀ ਸ਼ਹਿ ਤੇ ਆਪਾਂ ਕਹਦੇ ਨੇ ਬਗਾਨੀ ਸ਼ਹਿ ਤੇ ਸ਼ਹਿ ਤੇ ਨਹੀਂ ਸ਼ਾਹ ਤੇ ਜੀ ਸ਼ਾਹ ਕਾ ਤੂੰ ਉਹ ਕੋਈ ਬੰਦਾ ਸੀਗਾ ਤੇ ਕਿਸੇ ਦੇ ਘਰੋਂ ਨਾ ਲੱਸੀ ਲੈ ਆਇਆ ਜੀ ਜਦੋਂ ਕਿਸੇ ਦੇ ਘਰੋਂ ਲੱਸੀ ਲਾਇਆ ਤੇ ਉਹਨੇ ਪੀਤੀ ਲੱਸੀ ਬੜੀ ਸੁਵਾਦੀ ਉਤੇ ਮੱਖਣੀ ਪਈ ਤਰੇ ਪੂਣ ਪੂਰੀ ਤਰੇ ਜਾਨੀ ਜੀ ਉਹਨੇ ਪੀਤੀ ਉਹਨੇ ਹਾਂ ਲੱਜਤ ਆ ਗਈ ਪਰ ਸਮੱਸਿਆ ਹੈ ਕਿ ਜਿਹੜੀ ਪੂਣ ਸੀ ਉਹਦੀਆਂ ਮੱਚਾ ਮਤਲਬ ਕਿ ਵੱਡੀਆਂ ਸਨ ਮਸ਼ਹਰਾ ਤਕੜੇ ਸੀਗੇ ਜੀ ਉਹਦੇ ਵਿੱਚ ਅੜ ਜਾ ਕਰੇ ਅੱਛਾ ਉਹਨੇ ਅਖੇ ਯਾਰ ਦਿੱਕਤ ਆਉਂਦੀ ਹੈ ਇਹੋ ਜੀ ਲੱਸੀ ਹੁਣ ਤੇ ਆਪਾਂ ਮਤਲਬ ਕਿ ਪੀਣੀ ਹੈ ਪਰ ਜਾਨਾ ਪੀਆ ਕਰਾਂਗੇ ਜੀ ਉਨੇ ਚੋਕ ਕਿਤੇ ਆਉਦੀ ਮੁੱਛਾ ਮਨਾਕਤੀਆਂ ਅੱਛਾ ਜੀ ਅਗਲੇ ਦਿਨ ਡੋਲਾ ਫੜ ਕੇ ਤੇ ਫਿਰ ਉੱਥੇ ਗਿਆ ਗਵਾਂਡੀਆਂ ਦੇ ਘਰ ਜੀ ਉਹਨਾਂ ਕਹੇ ਕੋਈ ਲੱਸੀ ਲੁੱਸੀ ਆ ਨਹੀਂ ਕਿ ਸਾਡੇ ਘਰ ਆ ਜਾ ਦੌੜ ਜਾ ਇੱਥੇ ਜੀ ਉਹ ਫਿਰ ਢਿਲਾ ਜਾ ਹੁੰਦਾ ਤਰਿਆ ਹੋਵੇ ਕਿ ਭਾਈ ਬਗਾਨੀ ਸ਼ਾ ਆ ਜਾ ਨਹੀਂ ਬਗਾਨੀ ਲੱਸੀ ਦੇ ਸਿਰ ਤੇ ਮੈਂ ਮੁੱਛਾਂ ਆਉਦੀਆਂ ਮਨਾ ਬੈਠਾ ਸੋ ਆ ਹੁੰਦੀ ਆ ਖਲਮਲਾ ਕੇ ਬਗਾਨੀ ਸ਼ਾ ਤੇ ਮੁੱਛ ਮਨੋ ਜੀ 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 ਹੁਣ ਕਲੀਅਰ ਹੋ ਗਿਆ ਨਾ ਹੁਣ ਕਲੀਅਰ ਹੋ ਗਿਆ ਮਿਹਰਬਾਨੀ ਜੀ ਦੂਸਰੇ ਪਾਸੇ ਚਲੇ ਜਾਣੇ ਜਿਹੜੀ ਖਬਰ ਹੈ ਤੇ ਹੁਣ ਆਪਾਂ ਇਧਰਲੇ ਪੱਸੇ ਆ ਜੀ ਹੁਣ ਕਈਆਂ ਨੇ ਇਸ ਮਾਮਲੇ ਨੂੰ ਆ ਜਿਹੜਾ ਉਹ ਜੋੜਨਾਗਾ ਕਿ ਸਰਕਾਰ ਵਾਲੇ ਪਾਸੇ ਕਿਸੇ ਨੇ ਜੋੜਨਾ ਕਿ ਖੈਰੇ ਵਾਲੇ ਪਾਸੇ ਕੋਈ ਗੱਲ ਨਹੀਂ ਬਾਈ ਦੱਸ ਦਿੰਨੇ ਹੈ ਕਾ ਨਹੀਂ ਕੀ ਹੈ ਦਰਅਸਲ ਕਿ ਮਾਮਲਾ ਹਾਈ ਕੋਰਟ ਦੇ ਵਿੱਚ ਵੀ ਗਿਆ ਤੁਹਾਨੂੰ ਪਤਾ ਦੋਨੋਂ ਵੈਸੇ ਮਾਮਲੇ ਸਾਰੇ ਹਾਈ ਕੋਰਟ ਦੇ ਵਿੱਚ ਗਏ ਹੋਏ ਹਾਂ ਜੀ ਹੁਣ ਆ ਜੀ ਇਹ ਮਿੰਟੂ ਜਮੀਨ ਕਹਾਣੀ ਦੱਸਦੇ ਤੇ ਹੁਣ ਮੇਨ ਕਹਾਣੀ ਹੈ ਜਿਹੜੀ ਉਹ ਜਾਂਦੀ ਹੈ ਅੱਜ ਕੱਲ ਕਿਹੜੇ ਪੱਸੇ ਜਾ ਰਹੀ ਹੈ ਇਹ ਜਿਹੜੀ ਕਹਾਣੀ ਆ ਮਤਲਬ ਕਿ ਹਿੰਟ ਤਾਂ ਦੇ ਹੀ ਦਿੱਤਾ ਜੀ ਕਿ ਹਾਈ ਕੋਰਟ ਦੇ ਵਿੱਚ ਇਹ ਸਾਰਾ ਕੁਝ ਹੋਇਆ ਤੁਹਾਨੂੰ ਯਾਦ ਹੋਣਾ ਹੈ ਕਿ ਲੁਧਿਆਣੇ ਜਦੋਂ ਕੇਜਰੀਵਾਲ ਸਾਹਿਬ ਆਏ ਉਸ ਵੇਲੇ ਟਾਈਮਸ ਨੌ ਦੀ ਇੱਕ ਪੱਤਰਕਾਰ ਜੀ ਦਾ ਨਾਮ ਭਾਵਨਾ ਕਿਸ਼ੋਰ ਜੀ ਉਹ ਆਈ ਸੀ ਇੱਥੇ ਕਵਰੇਜ ਵਾਸਤੇ ਜੀ ਜਦੋਂ ਕਵਰੇਜ ਵਾਸਤੇ ਆਉਂਦੀ ਆ ਉਸ ਤੋਂ ਪਹਿਲਾਂ ਉਹਦੀ ਇੱਕ ਜਿਹੜੀ ਸਟੋਰੀ ਸੀ ਉਹ ਰਿਕਾਰਡ ਤੋੜ ਚਲਦੀ ਆ ਚਲਦੀ ਇਸ ਕਰਕੇ ਕਿਉਂਕਿ ਉਹ ਭਾਰਤੀ ਜਨਤਾ ਪਾਰਟੀ ਵਾਲਿਆਂ ਦੇ ਮਫੀਦ ਸੀ ਜੀ ਉਹਨਾਂ ਨੂੰ ਫਿੱਟ ਬੈਠੀ ਜੀ ਉਹਨਾਂ ਨੇ ਫਿਰ ਪ੍ਰਿੰਟ ਮੀਡੀਆ ਇਲੈਕਟ੍ਰੋਨਿਕ ਮੀਡੀਆ 'ਚ ਬਹੁਤ ਚਲਾਈ ਜੀ ਉਹ ਸਟੋਰੀ ਕਿਹੜੀ ਸੀ ਨਹਿਰੋਪਾਰ ਬੰਗਲਾ ਪਵਾ ਦੇਹਾਣੀਆਂ ਹਾਂਜੀ ਨਹਿਰੋਪਾਰਪੁਰ ਕੋਈ ਨਹੀਂ ਦਿੱਲੀ ਦੇ ਵਿੱਚ ਚਮਕਾ ਦੇ ਬੰਗਲਾ ਜੀ ਉਹ ਬੰਗਲੇ ਵਾਲੀ ਸਟੋਰੀ ਸੀ ਹਾਂਜੀ ਬਉਈ ਦਾ ਬੰਗਲਾ ਕਿਵੇਂ ਚਮਕਿਆ ਕਿੰਨੇ ਪੈਸੇ ਲੱਗੇ ਜੀ ਤਾਂ ਇਹ ਪੂਰੀ ਖਾਰ ਦੇ ਵਿੱਚ ਸੀਗੇ ਜਿੱਦਾਂ ਕਹਿੰਨਾ ਬੇਸਕੂੜ ਦਾ ਬੰਦਾ ਜੀ ਇਹ ਵਿਸਪੈ ਘੋਲਦੇ ਸੀਗੇ ਕਿ ਬਈ ਬਹੁਤ ਗਲਤ ਕੀਤਾ ਐ ਇਸ ਪੱਤਰਕਾਰ ਨੇ ਲੋਟ ਆਵੇ ਕਿਸੇ ਨਾ ਕਿਸੇ ਤਰੀਕੇ ਨਾਲ ੜੱਕਿਆ ਆਵੇ ਇਹੋ ਇਹਨਾਂ ਨੂੰ ਹਾਂ ਜੀ ਬਿਲਕੁਲ ਇਹੀ ਰੰਜ ਹੁੰਦਾ ਹੈ ਇਹੀ ਖਾਰ ਹੁੰਦੀ ਆ ਜੀ ਉਹ ਪੱਤਰਕਾਰ ਜਦੋਂ ਇੱਥੇ ਆਈ ਲੁਧਿਆਣੇ ਦੇ ਵਿੱਚ ਉਦੋਂ ਉਹਦੇ ਤੇ ਇੱਕ ਪਰਚਾ ਦਰਜ ਕੀਤਾ ਜਾਂਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇਗਾ ਜੀ ਤੇ ਵੈਸੇ ਕਮਾਲ ਦੀ ਗੱਲ ਹੈ ਕਿ ਛੋਟੇ ਜਿਹੇ ਕਮੀਡਿਆ ਦੇ ਹਿੱਸੇ ਨੂੰ ਛੱਡ ਕੇ ਸਾਡਾ ਬਹੁਤਾ ਪੰਜਾਬੀ ਮੀਡੀਆ ਬਿਲਕੁਲ ਖਮੋਸ਼ ਹੋ ਗਿਆ ਜੀ ਯਾਰ ਕੋਈ ਧੀ ਇਥੇ ਆਣੀ ਬਾਹਰੋਂ ਆਈ ਆ ਕੋਈ ਜਰਨਲਿਸਟ ਵੀ ਛੱਡ ਦਿਓ ਕੋਈ ਹੈ ਕੋਈ ਨਹੀਂ ਹੈ ਜੀ ਉਸ ਸੀਜ਼ਨ ਵੀ ਛੱਡ ਦਿਓ ਕਿ ਯਾਰ ਕੋਈ ਹੁਕਮਰਾਨ ਕੋਈ ਸਰਕਾਰ ਧੀ ਭੈਣ ਤੇ ਵੀ ਬਦਲਾ ਖੋਰੀ